वाहिगुरु जी का खालसा, वाहिगुरु जी की फतेह। दास परमजीत सिंह पट्टी, पिंड डसका, जिला संगरूर, तहसील लहरागागा। हर ऐतवार नूं पिंड डसके दे विच आपां मरीजां नूं मिलदे आं, जिहड़े छोटियां तों लै के वड्डियां बीमारियां दे नाल कई कई सालां तों जूझ रहे ऐ, ठीक नहीं हो रहे, दवाइयां खा के होर अक ते थक चुके ऐ, शरीर नूं होर खराब कर रहे ऐ। ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਇਲਾਜ ਕਰਵਾ ਸਕਦੇ ਹਾਂ। ਜਿੱਡੀ ਮਰਜ਼ੀ ਪੁਰਾਣਾ ਰੋਗ ਹੈ, ਠੀਕ ਨਹੀਂ ਹੋ ਰਿਹਾ, ਡਾਕਟਰਾਂ ਨੇ ਜਵਾਬ ਦੇ ਰੱਖਿਆ ਹੈ, ਉਹ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਗਰੰਟੀ ਦੇ ਨਾਲ ਤੁਸੀਂ ਆਪਣੇ ਮਰੀਜ਼ ਨੂੰ ਉਸ ਬਿਮਾਰੀ ਨੂੰ ਗਰੰਟੀ ਦੇ ਨਾਲ ਠੀਕ ਕਰਵਾ ਸਕਦੇ ਹੋ। ਸੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਸੋ ਇਹ ਜਿਹੜਾ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗੱਗ ਹੈ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਬਰੇਟਾ ਸ਼ਹਿਰ ਵੀ ਨੇੜੇ ਹੈ, ਲਹਿਰਾ ਗੱਗਾ ਸ਼ਹਿਰ ਵੀ ਨੇੜੇ ਹੈ, ਸੁਨਾਮ ਸ਼ਹਿਰ ਵੀ ਨੇੜੇ ਹੈ। ਸੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਚਮੜੀ ਦਾ ਰੋਗ, ਜਿਹਨੂੰ ਅੱਜ ਦੇ ਸਮੇਂ ਦਾ ਅਸੀਂ ਕੋੜ ਕਹਿੰਦੇ ਹਾਂ। ਇੱਕ ਤਾਂ ਪਹਿਲਾਂ ਕੋੜ ਹੁੰਦਾ ਸੀਗਾ, ਇੱਕ ਅੱਜ ਦੇ ਸਮੇਂ ਦਾ ਜਿਹੜਾ ਕੋੜ ਹੈ ਜਿਹਦੇ ਨਾਲ ਬੰਦਾ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਮਰਦਾ, ਇੰਨਾ ਦੁਖੀ ਵੀ ਜ਼ਿੰਦਗੀ ਨਰਕ ਬਣ ਜਾਂਦੀ ਹੈ, ਉਹਨੂੰ ਕਹਿੰਦੇ ਹਾਂ ਅਸੀਂ ਸੋਰਾਇਸਿਸ। ਸੋ ਚਮੜੀ ਗਲਦੀ ਰਹਿੰਦੀ ਹੈ, ਭੁਰਦੀ ਰਹਿੰਦੀ ਹੈ, ਇਹ ਬੜਾ ਨਾਮਰਾਦ ਰੋਗ ਹੈ, ਬੰਦੇ ਦੀ ਜ਼ਿੰਦਗੀ ਨਰਕ ਨਾਲੋਂ ਵੀ ਭੈੜੀ ਬਣ ਜਾਂਦੀ ਹੈ। ਇਸ ਰੋਗ ਦੇ ਵਿੱਚ ਸਾਡੇ ਕੋਲ ਆਉਂਦੇ ਆ, ਇਹਨੂੰ ਤੁਸੀਂ 3 ਮਹੀਨੇ ਦੇ ਵਿੱਚ ਬਿਲਕੁਲ ਗਰੰਟੀ ਦੇ ਨਾਲ ਠੀਕ ਕਰ ਸਕਦੇ ਹਾਂ ਆਪਦੇ ਘਰ ਦੇ ਵਿੱਚ ਵੀ। ਸੋ ਨੁਕਤਾ ਜਿਹੜਾ ਮੈਂ ਦੱਸਣ ਲੱਗਿਆ ਤੁਹਾਡੀ ਝੋਲੀ 'ਚ ਪਾਉਣ ਲੱਗਿਆ, ਉਹਨੂੰ ਨੋਟ ਕਰ ਲਓ, ਤੁਹਾਡੇ ਕੋਈ ਆਂਢ ਗੁਆਂਢ 'ਚ ਤੁਹਾਡੇ ਕਿਤੇ ਹੋਏ ਉਹਨਾਂ ਨੂੰ ਦੱਸ ਸਕਦੇ ਹੋ, ਨਹੀਂ ਤਾਂ ਹਰ ਐਤਵਾਰ ਨੂੰ ਆਪਾਂ ਪਿੰਡ ਡਸਕੇ 'ਚ ਮਿਲਦੇ ਹਾਂ। ਚਮੜੀ ਦੇ ਜਿੱਡਾ ਮਰਜ਼ੀ ਕੋਈ ਰੋਗ ਹੈ, ਠੀਕ ਨਹੀਂ ਹੋ ਰਿਹਾ, ਡਾਕਟਰਾਂ ਨੇ ਜਵਾਬ ਦਿੱਤਾ ਗਲ ਗਿਆ ਭਾਵੇਂ ਦੀ, ਉਹ ਤੁਸੀਂ ਐਤਵਾਰ ਨੂੰ ਡਸ ਕੇ ਪਿੰਡ 'ਚ ਮੈਨੂੰ ਮਿਲ ਕੇ ਬਿਲਕੁਲ 1 ਮਹੀਨੇ ਦੇ ਵਿੱਚ ਠੀਕ ਕਰ ਦਿੰਦੇ ਹਾਂ ਆਪਾਂ। 3 ਮਹੀਨੇ ਦਵਾਈ ਚੱਲਦੀ ਹੈ, ਸੋ ਬਿਲਕੁਲ ਖਤਮ ਇਸ ਰੋਗ, ਇਸ ਤਰ੍ਹਾਂ ਦੇ ਰੋਗ ਚਮੜੀ ਦੇ ਜਿੱਡੇ ਮਰਜ਼ੀ ਰੋਗ ਨੇ ਉਹਨਾਂ ਨੂੰ ਗਰੰਟੀ ਦੇ ਨਾਲ ਆਪਾਂ ਠੀਕ ਕਰ ਦਿੰਦੇ ਹਾਂ ਮਹੀਨੇ 'ਚ, ਉਹ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗ ਇਲਾਜ ਕਰਵਾ ਸਕਦੇ ਹੋ ਪਿੰਡ ਡਸਕੇ 'ਚ ਐਤਵਾਰ। ਸੋ ਨੁਕਤਾ ਨੋਟ ਕਰ ਲਓ, ਜਿਨ੍ਹਾਂ ਨੂੰ ਸੋਰਾਇਸਿਸ ਹੈ ਅੱਜ ਦਾ ਕੋੜ ਹੈ। ਸੋ ਇਹ ਸੋਰਾਇਸਿਸ ਇੱਕ ਕੋੜ ਦਾ ਹੀ ਰੂਪ ਹੈ, ਸੋ ਕੋੜ ਦੀਆਂ ਕਈ ਰੂਪ ਨੇ, ਕਈ ਤਰ੍ਹਾਂ ਦਾ ਕੋੜ ਹੈ, ਇਹ ਵੀ ਇੱਕ ਤਰ੍ਹਾਂ ਦਾ ਕੋੜ ਹੀ ਹੈ ਸੋਰਾਇਸਿਸ। ਸੋ ਇਹਦਾ ਤੁਸੀਂ ਇਲਾਜ ਆਪਣੇ ਘਰ 'ਚ ਵੀ ਕਰ ਸਕਦੇ ਹੋ। ਸੋ ਇਹਦੇ ਵਿੱਚ ਜਿਹੜਾ ਇੱਕ ਤਾਂ ਤੁਸੀਂ ਲਾਉਣ ਵਾਸਤੇ ਦਵਾਈ ਬਣਾਉਣੀ ਹੈ, ਉਹਦੇ 'ਚ ਕੀ ਕਰਨਾ ਤੁਸੀਂ, ਇੱਕ ਤਾਂ ਲੈ ਲੈਣਾ ਤੁਸੀਂ ਨਿੰਮ ਦਾ ਤੇਲ 2 ਕੁ ਲੀਟਰ, ਅਤੇ 2 ਲੀਟਰ ਹੀ ਉਹਦੇ ਵਿੱਚ ਪਾਉਣਾ ਨਾਰੀਅਲ ਦਾ ਤੇਲ, 4 ਲੀਟਰ ਹੋ ਗਿਆ ਤੇਲ। 4 ਲੀਟਰ ਦੇ ਵਿੱਚ 1.5 ਕਿਲੋ ਸਮਾਨ ਪਾਉਣਾ, ਉਹ ਹੈ ਚਿੱਤਰਾ 500 ਗ੍ਰਾਮ, ਅੱਧਾ ਕਿਲੋ, ਅਤੇ ਰਤਕਾ 500 ਗ੍ਰਾਮ, ਅਤੇ ਗੰਧਕ 500 ਗ੍ਰਾਮ। ਇਹ ਤਿੰਨੇ ਚੀਜ਼ਾਂ 500-500 ਗ੍ਰਾਮ ਚੰਗੀ ਤਰ੍ਹਾਂ ਪੀਸ ਕੇ ਇਹ ਤੇਲਾਂ ਦੇ ਵਿੱਚ ਪਾ ਕੇ ਉਬਾਲਾ ਦਵਾ ਦੇਣਾ, ਉਦੋਂ ਬਾਅਦ ਹੇਠਾਂ ਉਤਾਰ ਲੈਣਾ। ਜਦੋਂ ਉਬਾਲਾ ਆ ਗਿਆ ਫਿਰ ਇਹਦੀ ਸਵੇਰੇ, ਦੁਪਹਿਰੇ ਅਤੇ ਸ਼ਾਮ 3 ਟਾਈਮ ਸਰੀਰ ਦੇ ਉੱਤੇ ਇਹਦੀ ਮਾਲਿਸ਼ ਕਰਨੀ ਹੈ, ਸਰੀਰ ਦੇ ਸਾਰੇ 'ਤੇ ਜਿੱਥੇ ਜਿੱਥੇ ਸੋਰਾਇਸਿਸ ਦਾ ਰੋਗ ਹੈ। ਇਹ ਤਾਂ ਹੈ ਮਾਲਿਸ਼ ਕਰਨੀ ਹੈ ਆਪਾਂ, ਇੱਕ ਆਪਾਂ ਦਵਾਈ ਖਾਣ ਵਾਲੀ ਹੈ ਜਿਹੜੀ ਉਹ ਬਣਾਉਣੀ ਹੈ। ਉਹਦੇ 'ਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ, ਇੱਕ ਤਾਂ ਸੰਭਾਲੂ ਲੈਣਾ ਆਪਾਂ ਨੇ, ਪੱਤੇ ਲੈ ਲਓ ਚਾਹੇ ਬੀਜ ਲੈ ਲਓ, ਇਹਦੇ ਪੰਸਾਰੀਆਂ ਤੋਂ 50 ਗ੍ਰਾਮ। ਇੱਕ ਲੈਣੀ ਹੈ ਬਾਵਚੀ, ਇਹ ਲੈਣੀ ਹੈ 200 ਗ੍ਰਾਮ, ਅਤੇ ਇੱਕ ਲੈਣਾ ਤੁਸੀਂ ਸ਼ੁੱਧ ਕੀਤਾ ਹੋਇਆ ਧਤੂਰੇ ਦਾ ਬੀਜ, ਇੱਕ ਲੈਣੀ ਹੈ ਤੁਸੀਂ ਹੀਰਾ ਭਸਮ, ਅਤੇ ਇੱਕ ਲੈਣੀ ਹੈ ਤੁਸੀਂ ਅਬਰਕ ਭਸਮ, ਅਤੇ ਇੱਕ ਲੈਣਾ ਤੁਸੀਂ ਚਾਂਦੀ ਭਸਮ। ਅਬਰਕ ਭਸਮ 10 ਗ੍ਰਾਮ ਲੈਣੀ ਹੈ, ਹੀਰਾ ਭਸਮ 1 ਗ੍ਰਾਮ ਲੈਣੀ ਹੈ, ਅਤੇ ਚਾਂਦੀ ਭਸਮ 5 ਗ੍ਰਾਮ ਲੈਣੀ ਹੈ, ਅਤੇ ਹੜਤਾਲ ਸ਼ੁੱਧ ਕੀਤੀ ਹੋਈ ਇਹ ਲੈਣੀ ਹੈ ਤੁਸੀਂ 10 ਗ੍ਰਾਮ, ਅਤੇ ਸੁਹਾਜਣੇ ਦੇ ਬੀਜ ਨੇ ਜਿਹੜੇ ਉਹ ਲੈਣੇ ਹੈ ਤੁਸੀਂ 100 ਗ੍ਰਾਮ, ਅਤੇ ਇਸੇ ਤਰ੍ਹਾਂ
सुहागा खिल किया होया ये लेना है तुसी 100 ग्राम, ते गंधक शुद्ध की हुई लेनी है 100 ग्राम, तांबा भस्म है जिहड़ी वह लेनी है तुसी 10 ग्राम, त्रिफला है जिहड़ा वह लेना है 100 ग्राम, ते चित्रा है जिहड़ी ये 100 ग्राम, सुक्की हुई शिलाजीत 50 ग्राम, ते पुठकंडा ये लेना है तुसी 100 ग्राम। ये सारिया चीज़ा नू लैके बरीक चंगी तरह पीस लेना है, इनू चंगी तरह बरीक पीस के रख लेना है। खानी किवें है, 1 चमचा सवेरे खाली पेट, 1 चमचा शाम नू रोटी तो घंटा पहला, ते 1 चमच दोपहरे, 3 टाइम ये खाने वाली दवाई खानी है। हुण खानी कादे नाल है, वो एक काढ़ा तैयार करना है तुसी। एक तो निम दे पत्ते सुके हुए लै लेने है, उहदा पाउडर मिल जांदा निम दा पाउडर सुकया होया, ते एक लेना है तुसी कंदल, ते एक लेनी है तुसी खैर, एक लेनी है त्रिवी, ते एक लेना है गुलाब सुकया होया, एक सरी, ते एक कूड़ा सक, ते केसू, मग, मासा, ते मकोए, ते ताव। इन्हां सारियां चीज़ां नू 100-100 ग्राम लैके पीस के मिक्स करके रख लेना है। इहदा काढ़ा बनाउणा है, 1 चमचा 2 गलास पानी च पा के उबाल लेना है, ते 1 गलास रह गया उहनू पुण के जिहड़ी आपां दवाई दूजी बनाई सी खाण वाली उहदा 1 चमचा सवेरे दुपहरे शाम 3 टाइम इसे तरह ही काढ़ा बना के इहदे नाल लेनी है। लाउण वाली 3 टाइम लाउणी है सवेरे दुपहरे शाम। इह नुकता पूरा 2 महीने करा दो जिन्हों सोराइसिस है, पूरा चंगी तरह बिल्कुल शरीर साफ हो जूगा, दुबारे ये बीमारी शरीर ते हुंदी नहीं। जिहड़ी नरक जिंदगी सी उहनू महीने च स्वर्ग बना दूगा, 2 महीने वरत लोगे बिल्कुल ओके हो जूगा, 3 महीने वरत लोगे कदे जिंदगी च दुबारे ये रोग आउंदा। इस नुकते नूं आप वरतो, होरां नूं अगे दसो, तां जो किसे दी नरक बनी जिंदगी नूं असीं स्वर्ग बना सकीए, किसे रोंदे नूं हसा सकीए, डिग्गे नूं उठा सकीए। सो ये नुकते घर घर तक पहुँचाओ, तां जो बंदा हर एक अपने घर च इलाज कर सकदा। जे कोई नहीं कर सकदा वो ऐतवार नूं पिंड डसके च मैनूं मिल के अपने रोगों का गरंटी दे नाल इलाज करवा सकते हो। तुहाडा सब का धन्यवाद। वीडियो नूं अगे शेयर कर दिया करो, चैनल नूं सबसक्राइब जरूर कर लियो, तां जो हर एक वीडियो तुहाडे कोल पहल दे आधार ते पहुँच सके। सब का धन्यवाद। वाहिगुरू जी का खालसा, वाहिगुरू जी की फतेह।